मस्का चस्का वेख रहे सारे ही स्रोतियां दा स्वागत है। अज जिला गुरदासपुर दी नगर कौंसल दे प्रधान वजों बलजीत सिंह पाड़ा दे सिर ते सज्जिया ताज। रिपोर्टर जगजीत सिंह दी विशेष रिपोर्ट, मस्का चस्का टाइम गुरदासपुर। मुख्यमंत्री सरदार कैप्टन अमरिंदर सिंह जी दा, जाखड़ साहब दा, एमएलए साहब दा, जरवर जी, गुगल किशोर जी दा, ਅਤੇ ਸਾਰੀ ਸੀਨੀਅਰ ਲੀਡਰਸ਼ਿਪ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਮਾਣ ਬਖਸ਼ਿਆ ਅਤੇ ਸਮੂਹ ਕੌਂਸਲਰ ਸਾਹਿਬਾਨਾਂ ਨੂੰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ 'ਤੇ ਵਿਸ਼ਵਾਸ ਜਤਾਇਆ। ਸੋ ਮੈਂ ਇਹ ਵਿਸ਼ਵਾਸ ਨੂੰ ਜਿਹੜਾ ਹਮੇਸ਼ਾ ਖਰਾ ਰੱਖਾਂਗਾ ਅਤੇ ਇਹਨਾਂ ਦੀ ਆਸ ਵੀ ਹਮੇਸ਼ਾ ਦਿਨ ਰਾਤ ਇਹਨਾਂ ਨੂੰ ਮੋਢੇ ਦਾ ਮੋਢਾ ਜਿਹੜਾ ਇਹਨਾਂ ਦੇ ਕੰਮ ਕਰਾਂਗਾ ਇੰਨਾ ਹੀ ਕਹਿੰਦਾ ਹੋਇਆ। ਕਿਹੜੇ ਕਿਹੜੇ ਮੁੱਦੇ ਜੀ ਜਿਹੜੇ ਹੁਣ ਪਹਿਲ ਦੇ ਆਧਾਰ ਤੇ ਜਾਣਗੇ, ਕਿਉਂਕਿ ਪਹਿਲ ਦੇ ਆਧਾਰ 'ਤੇ ਸਾਡੀ ਡਿਵੈਲਪਮੈਂਟ ਦਾ ਅੱਗੇ ਵੀ ਡਿਵੈਲਪਮੈਂਟ MLA ਸਾਹਿਬ ਦੀ ਅਗਵਾਈ ਹੇਠ ਬੜੇ ਜ਼ੋਰਾਂ 'ਤੇ ਚੱਲ ਰਹੀ ਆ। ਹੁਣ ਹੋਰ ਵੀ ਉਹਨੂੰ ਆ ਸਾਲ ਜਿਹੜਾ ਉਹਨੂੰ ਸੁਪਰ ਡਿਵੈਲਪਮੈਂਟ ਦੇ ਰੂਪ ਵਿੱਚ ਆਪਾਂ ਸ਼ਹਿਰ ਦੇ ਜਿਹੜੇ ਡਿਵੈਲਪਮੈਂਟ ਕਰਾਂਗੇ। ਤੁਸੀਂ ਦੇਖ ਸਕਦੇ ਹੋ ਸਾਰੇ ਚੌਂਕ ਜਿਹੜੇ ਆ ਡਿਵੈਲਪਮੈਂਟ ਚੱਲ ਰਹੀ ਆ, ਸਾਰੇ ਰੋਡ ਜਿਹੜੇ ਉਹ ਵੀ ਬਾਈਂਡਿੰਗ ਹੋ ਰਿਹਾ। ਹੋਰ ਵੀ ਕਈ ਪ੍ਰੋਜੈਕਟ ਲੈ ਕੇ ਆਵਾਂਗੇ ਆਹ ਸਾਲ ਜਿਹੜਾ ਅਸੀਂ ਇੱਕ ਸੁਪਰ ਡਿਵੈਲਪਮੈਂਟ ਦੇ ਤੌਰ 'ਤੇ ਜਿਹੜਾ ਕਰਾਂਗੇ ਕੰਮ। ਮਿਊਂਸਪਲ ਕਮੇਟੀ ਦੀ ਪ੍ਰਧਾਨ ਜੀ ਦੇ ਵਾਈਸ ਪ੍ਰਧਾਨ ਵਜੋਂ ਚੋਣ ਸੀ ਔਰ ਜਿਸ ਢੰਗ ਦੇ ਨਾਲ ਲੋਕਾਂ ਨੇ 29 ਦੇ 29 MC ਜਿਤਾ ਕੇ ਇਸ ਕੌਂਸਲ 'ਚ ਭੇਜੇ ਸੀਗੇ ਔਰ SDM ਗੁਰਦਾਸਪੁਰ ਦੀ ਅਗਵਾਈ ਹੇਠ ਇਹ ਜਿਹੜੀ ਆ ਚੋਣ ਹੋਈ ਹੈ ਔਰ ਯੂਨੈਨੀਮਸਲੀ ਸਾਰੇ MCਆਂ ਨੇ ਇੱਕ ਵਾਜ ਦੇ ਵਿੱਚ ਜਿਹੜਾ ਬਲਜੀਤ ਸਿੰਘ ਪਾੜਾ ਨੂੰ ਪ੍ਰਧਾਨ ਬਣਾਇਆ ਔਰ ਵਾਈਸ ਪ੍ਰਧਾਨ ਰਾਣੀ MC ਦੇ ਹੋ ਕੇ JDB ਨੇ ਅਤੇ ਨਾਲ SCB ਨੇ ਉਹਨਾਂ ਨੂੰ ਸਾਰਿਆਂ ਨੇ ਯੂਨੈਨੀਮਸਲੀ ਵਾਈਸ ਪ੍ਰਧਾਨ ਦੀ ਵੀ ਚੋਣ ਹੋਈ ਔਰ ਮੈਂ ਵਧਾਈ ਦਿੰਦਾ ਸਾਰੇ MC ਸਾਹਿਬਾਨਾਂ ਨੂੰ, ਪ੍ਰਧਾਨ ਸਾਹਿਬ ਨੂੰ ਔਰ ਵਾਈਸ ਪ੍ਰਧਾਨ ਨੂੰ ਔਰ ਆਸ ਕਰਦਾ ਕਿ ਜਿੱਥੇ ਪਿਛਲੇ 4 ਸਾਲਾਂ ਤੋਂ ਮੈਂ ਲਗਾਤਾਰ ਗੁਰਦਾਸਪੁਰ ਦੀ ਡਿਵੈਲਪਮੈਂਟ ਲਈ ਕੰਮ ਕਰ ਰਿਹਾ ਸੀਗਾ ਉੱਥੇ ਹੁਣ ਮੇਰੀ ਆਪ ਦੀ ਇੱਕ ਟੀਮ ਜਿਹੜੀ ਆ ਮਿਊਂਸਪਲ ਕਮੇਟੀ ਦੇ ਵਿੱਚ ਬੈਠ ਗਈ ਹੈ ਔਰ ਇਹ ਆਉਣ ਵਾਲਾ ਜਿਹੜਾ ਤੁਹਾਡਾ ਚੱਲ ਰਿਹਾ ਸਾਲ ਆ ਉਹਦੇ 'ਚ ਜਿੰਨੇ ਕੰਮ ਚੱਲ ਰਹੇ ਉਹਨਾਂ ਨੂੰ ਹੋਰ ਸਪੀਡ ਅਪ ਕਰਕੇ ਅਤੇ ਸ਼ਹਿਰ ਦਾ ਜਿਹੜਾ ਨਮੂਨੇ ਦਾ ਸ਼ਹਿਰ ਬਣਾਇਆ। ਉਹਦੇ ਬਾਰੇ ਮੈਂ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਮੈਂ ਉਹ ਜਿੱਥੇ ਬਹਿ ਕੇ ਸਿਆਸਤਾਂ ਚੱਲਦੀਆਂ ਨੇ ਇਸ ਘਰ 'ਚ ਉਹ ਹੁਣ ਜਦੋਂ ਕੋਈ ਕੰਮ ਕਰਦਾ ਤਾਂ ਤਕਲੀਫ ਤਾਂ ਹੁੰਦੀ ਆ ਬਈ ਸਾਰਿਆਂ ਨੂੰ ਜਦੋਂ ਕੋਈ ਚੰਗਾ ਕੰਮ ਕਰੇ ਅਤੇ ਮੈਂ ਤਾਂ ਆਪਦੇ ਪਬਲਿਕ ਦਾ ਚੁਣਿਆ ਨਾ, ਮੈਂ ਤਾਂ ਪਬਲਿਕ ਖੁਸ਼ ਆ ਅਤੇ ਮੈਂ ਵੀ ਖੁਸ਼ ਹਾਂ, ਮੈਂ ਖੁਸ਼ ਹਾਂ ਅਤੇ ਸਾਰਾ ਗੁਰਦਾਸਪੁਰ ਖੁਸ਼ ਹੈ। ਜੇ ਹੁਣ ਜੇ ਕਿਸੇ ਵੱਡੀ ਜਿਹੀ ਬਿਲਡਿੰਗ 'ਚ ਬਹਿ ਕੇ ਪਲੈਨ ਕਰਕੇ ਅਤੇ ਉਹਨੂੰ ਕਰਨਾ, ਮੇਰੀ ਆਸਥਾ ਜਿਹੜੀ ਆ ਹਰ ਤਰ੍ਹਾਂ ਦੀ ਪੂਰੀ ਹੈ। ਮੇਰੇ ਬਜ਼ੁਰਗ ਸਰਦਾਰ ਕਰਤਾਰ ਸਿੰਘ ਪਾੜਾ ਜੀ ਜਿਹੜੇ ਜਦੋਂ ਇੱਥੇ ਭੀੜ ਪਈ ਸੀ ਮੰਦਰ 'ਤੇ ਉਦੋਂ ਉਹਨਾਂ ਨੇ ਬਚਾਇਆ ਸੀ ਔਰ ਅੱਜ ਵੀ ਮੈਂ ਉਸੇ ਪਰਿਵਾਰ ਦਾ ਹੀ ਸਰਦਾਰ ਕਰਤਾਰ ਸਿੰਘ ਪਾੜਾ ਜੀ ਦਾ ਪੁੱਤਰ ਹਾਂ ਔਰ ਜੋ ਆਸਥਾ ਸਾਰੇ ਹਿੰਦੂ ਧਰਮ ਦੇ ਲੋਕਾਂ ਦੀ ਹੈਗੀ ਆ ਮੰਦਰਾਂ ਦੇ ਵਿੱਚ ਉਤਨਾ ਵੱਧ ਆਸਥਾ ਮੇਰੀ ਵੀ ਆ ਔਰ ਇਹ ਜਿਹੜਾ ਹਨੂੰਮਾਨ ਚੌਂਕ ਆ ਇਹ ਹਨੂੰਮਾਨ ਚੌਂਕ ਦੇ ਨਾਂ 'ਤੇ ਹੀ ਜਾਣਿਆ ਜਾਊਗਾ। ਅਜੇ ਤਾਂ ਉਹਦੀ ਨੀਂਹ ਪੱਥਰ ਹੋ ਕੇ ਸ਼ੁਰੂਆਤ ਹੋਈ ਆ, ਅਜੇ ਚੀਜ਼ ਬਣੀ ਨਹੀਂ, ਕਿਸੇ ਨੂੰ ਪਤਾ ਨਹੀਂ ਬਣਨਾ ਕੀ ਆ ਔਰ ਉਹਦੇ 'ਤੇ ਸਿਆਸਤ ਕਰਨਾ, ਇਹ ਛੋਟੀਆਂ ਸੋਚਾਂ ਨੇ। ਸੋ ਮੇਰੇ ਖਿਆਲ ਨਾਲ ਇਹ ਕੁਐਸਚਨ ਹੀ ਨਹੀਂ ਕਰਨਾ ਚਾਹੀਦਾ, ਪਰ ਮੈਂ ਫਿਰ ਵੀ ਵਿਸਥਾਰ 'ਚ ਇਸ ਕਰਕੇ ਤੁਹਾਡੇ ਨਾਲ ਗੱਲ ਕਰ ਰਿਹਾ ਕਿ ਜਦੋਂ ਚੀਜ਼ ਬਣੇਗੀ ਤਾਂ ਹਨੂੰਮਾਨ ਚੌਂਕ ਹੀ ਰਹੇਗਾ।